ਪੰਜਾਬ ਪੁਲਿਸ ਦੀ ਸਖਤੀ ਤਾਂ ਤੁਸੀਂ ਅਕਸਰ ਦੇਖੀ ਵੀ ਹੋਏਗੀ ਅਤੇ ਸੁਣੀ ਵੀ ਹੋਏਗੀ, ਪਰ ਪੰਜਾਬ ਪੁਲਿਸ ਦਾ ਇੱਕ ਅਜਿਹਾ ਚਿਹਰਾ ਤੁਹਾਨੂੰ ਦਿਖਾ ਰਹੇ ਹਾਂ, ਇੱਕ ਅਜਿਹੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡਾ ਵੀ ਦਿਲ ਪਸੀਜ ਜਾਏਗਾ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਮੋਗਾ ਦੇ ਹਵਲਦਾਰ ਜਸਵੀਰ ਸਿੰਘ ਦੀ, ਜੋ ਕਿ ਬੇਸਹਾਰਾ ਲੋਕਾਂ ਦੀ ਸੇਵਾ ਕਰਦੇ ਨੇ। ਮੋਗਾ ਦੇ ਵਿੱਚ ਤੈਨਾਤ ਜਸਵੀਰ ਸਿੰਘ ਹਵਲਦਾਰ ਪੰਜਾਬ ਪੁਲਿਸ ਦੇ ਵਿੱਚ ਕਈ ਸਾਲਾਂ ਤੋਂ ਸੇਵਾ ਕਰ ਰਹੇ ਨੇ। ਇੱਕ ਦਿਨ ਅਜਿਹਾ ਆਇਆ ਕਿ ਉਹਨਾਂ ਦੇ ਮਨ ਦੇ ਵਿੱਚ ਇਹਨਾਂ ਬੇਸਹਾਰਾ ਲੋਕਾਂ ਨੂੰ ਦੇਖ ਕੇ ਇੱਕ ਖਿਆਲ ਆਇਆ ਕਿ ਇਹਨਾਂ ਦੇ ਲਈ ਵੀ ਕੁਝ ਕੀਤਾ ਜਾ ਸਕਦਾ ਹੈ। ਬਸ ਉਸੇ ਦਿਨ ਤੋਂ ਹੀ ਉਹਨਾਂ ਨੇ ਬੇਸਹਾਰਾ ਲੋਕਾਂ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਆਓ ਤੁਹਾਨੂੰ ਮਿਲਾਉਂਦੇ ਹਾਂ ਜਸਵੀਰ ਸਿੰਘ ਦੇ ਨਾਲ। ਹਾਂਜੀ ਹਾਂਜੀ, ਜਿਵੇਂ ਸਾਨੂੰ ਲਵਾਰਸ ਪਿੱਛੇ ਜੇ ਕਾਫੀ ਲੋਕ ਜਿਹੜੇ ਲਵਾਰਸ ਅਦਾਲਤ ਦੇ ਵਿੱਚ ਮਿਲੇ ਸੀਗੇ, ਇੱਕ 15 ਸਾਲ ਤੋਂ ਬਜ਼ੁਰਗ ਸੀਗਾ ਗੁੰਮ ਹੋਇਆ ਪਰਿਵਾਰ ਦੇ ਵਿੱਚੋਂ, ਉਹ ਅਸੀਂ ਪਰਿਵਾਰ ਦੇ ਹਵਾਲੇ ਕੀਤਾ। ਇੱਕ ਸਾਨੂੰ ਪਿੱਛੇ ਜੇ ਲੜਕੀ ਸੀਗੀ ਜੋ 2 ਸਾਲਾਂ ਤੋਂ ਗੁੰਮ ਸੀਗੀ, ਉਹ BA BEd ਸੀਗੀ, ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ। ਹੌਲੀ ਹੌਲੀ ਆਪਣਾ ਉਹਨੇ ਘਰ ਪਰਿਵਾਰ ਦੱਸਿਆ ਸਾਨੂੰ, ਉਹ ਕਾਂਗੜਾ ਦੇ ਰਹਿਣ ਵਾਲੀ ਸੀਗੀ, ਉਹਨੂੰ ਪਰਿਵਾਰ ਦੇ ਹਵਾਲੇ ਕੀਤਾ। ਇਸੇ ਤਰ੍ਹਾਂ ਹੀ ਇੱਕ ਹੋਰ ਬਜ਼ੁਰਗ ਸੀਗਾ ਜੋ ਜੰਮੂ ਤੋਂ ਆਪਣੀ ਚੰਗੀ ਫੈਮਿਲੀ ਨੂੰ ਬਿਲੋਂਗ ਕਰਦਾ ਸੀਗਾ, ਉਹ ਗੁੰਮ ਹੋ ਗਿਆ ਸੀਗਾ, ਉਹਨੂੰ ਮੋਗੇ ਤੋਂ ਜੰਮੂ ਉਹਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ। ਇਸ ਤਰ੍ਹਾਂ ਜੀ 2018 ਦੇ ਵਿੱਚ ਮੈਂ ਇੱਕ ਆਸ਼ਰਮ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ। ਉੱਥੇ ਜਾ ਕੇ ਜਦੋਂ ਮੈਂ ਬਜ਼ੁਰਗਾਂ ਦੇ ਹਾਲਾਤ ਦੇਖੇ ਤਾਂ ਮੇਰਾ ਮਨ ਪਸੀਜਿਆ ਗਿਆ। ਉੱਥੇ ਫਿਰ ਮੈਂ ਇੱਕ ਮਨ ਬਣਾ ਲਿਆ, ਮੈਂ ਬੇਸਹਾਰਾ ਬਜ਼ੁਰਗਾਂ ਦੀ ਜਾਂ ਮੰਦਬੁੱਧੀ ਵਿਅਕਤੀਆਂ ਦੀ ਜੋ ਲਵਾਰਸ ਹਾਲਤ ਦੇ ਵਿੱਚ ਤੁਰੇ ਫਿਰਦੇ ਨੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ। ਜਿੱਥੋਂ ਤੱਕ ਰਹੀ ਡਿਊਟੀ ਦੀ ਗੱਲ, ਮੈਨੂੰ ਸਾਡੇ ਮਾਣਯੋਗ SSP ਸਾਹਿਬ ਸ਼੍ਰੀ ਅੰਕਰ ਗੁਪਤਾ ਜੀ, IPS ਮੋਗਾ ਜੀ ਵੱਲੋਂ ਅਤੇ ਹੋਰ ਪੂਰੇ ਪੁਲਿਸ ਪ੍ਰਸ਼ਾਸਨ ਵੱਲੋਂ ਮੈਨੂੰ ਪੂਰੀ ਸਪੋਰਟ ਕੀਤੀ ਜਾਂਦੀ ਆ, ਅਤੇ ਮੈਂ ਕਦੇ ਆਪਣੀ ਡਿਊਟੀ ਤੋਂ ਵੀ ਨਹੀਂ ਕੰਨੀ ਕਤਰਾਈ। ਆਪਣੀ ਡਿਊਟੀ ਦੇ ਨਾਲ ਨਾਲ ਇੱਥੇ ਮੈਂ ਸਾਂਭ ਸੰਭਾਲ ਕਰਦਾ ਬਜ਼ੁਰਗਾਂ ਦੀ। ਇੱਥੇ ਜਿਹੜੀ ਹੈਗੀ ਆ ਰੱਬ ਰੂਪੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ, ਜਿਹੜੀ ਵੀ ਸਾਨੂੰ ਕੋਈ ਚੀਜ਼ ਦੀ ਲੋੜ ਹੁੰਦੀ ਹੈਗੀ, ਭਾਵੇਂ ਕਿਚਨ ਦੀ ਹੋਵੇ ਜਾਂ ਇਹਨਾਂ ਦੇ ਕੱਪੜੇ ਲੀੜੇ ਦੀ ਹੋਵੇ, ਦਵਾਈ ਬੂਟੀ ਦੀ ਹੋਵੇ, ਅਸੀਂ ਸਾਡੇ ਜਿਹੜੇ ਗਰੁੱਪ ਬਣੇ ਹੋਏ ਹੈਗੇ ਜਾਂ ਫੇਸਬੁੱਕ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਕੋਈ ਨਾ ਕੋਈ ਆਪਣਾ ਜ਼ਰੂਰਤ ਜਿਹੜੀ ਚੀਜ਼ ਦੀ ਹੁੰਦੀ ਹੈ ਉਹ ਮੈਸੇਜ ਪਾਉਂਦੇ ਰਹਿੰਦੇ ਹਾਂ, ਅਤੇ ਰੱਬ ਰੂਪੀ ਦਾਨੀ ਸੱਜਣ ਸਾਡੇ ਤੱਕ ਪਹੁੰਚ ਕਰਕੇ ਅਤੇ ਸਾਡੀ ਰਿਕੁਆਇਰਮੈਂਟ ਜਿਹੜੀ ਹੁੰਦੀ ਉਹ ਪੂਰੀ ਕਰਦੇ ਹੈ। ਇਹ ਸਭ ਤੋਂ ਵੱਡਾ ਸਾਡੇ ਜਿਹੜੀ ਤ੍ਰਾਸਦੀ ਹੈਗੀ, ਜਿਹੜੇ ਬੱਚਿਆਂ ਨੂੰ ਅਸੀਂ ਬਾਹਰ ਭੇਜੀ ਜਾਂਦੇ ਹੈਗੇ ਅਤੇ ਉਹ ਆਪਣੇ ਬਜ਼ੁਰਗਾਂ ਦੀ ਇੱਥੇ ਸਾਂਭ ਸੰਭਾਲ ਨਹੀਂ ਕਰ ਪਾਉਂਦੇ ਅਤੇ ਉਹਨਾਂ ਨੂੰ ਫਿਰ ਆਸ਼ਰਮਾਂ ਦੇ ਵਿੱਚ ਛੱਡਣ ਲਈ ਮਜਬੂਰ ਹੋਣਾ ਪੈ ਜਾਂਦਾ। ਮੈਨੂੰ ਬਹੁਤ ਫੋਨ ਕਾਲਾਂ ਆਉਂਦੀਆਂ ਇਸ ਤਰ੍ਹਾਂ ਦੀਆਂ ਅਮੈਰੀਕਾ, ਕੈਨੇਡਾ, ਇੰਗਲੈਂਡ ਤੋਂ ਵੀ, ਵੀ ਸਾਡੇ ਬਜ਼ੁਰਗਾਂ ਨੂੰ ਤੁਸੀਂ ਸਾਂਭੋ, ਅਸੀਂ ਉਹਨਾਂ ਦੀ ਸਾਂਭ ਸੰਭਾਲ ਨਹੀਂ ਕਰ ਸਕਦੇ ਗੇ। ਇਹ ਇੱਕ ਤ੍ਰਾਸਦੀ ਹੈ। ਟਾਈਮ ਕੱਢ ਪਾਉਂਦੇ ਹੋ ਇਹਨਾਂ ਬਜ਼ੁਰਗਾਂ ਲਈ? ਹਾਂ, ਟਾਈਮ ਤਾਂ ਜੀ ਕੱਢਣਾ ਹੀ ਪੈਂਦਾ ਗਾ, ਪਰਮਾਤਮਾ ਦੀ ਕਿਰਪਾ ਨਾਲ ਅਤੇ ਸਾਡੇ ਮਹਿਕਮੇ ਦੀ ਸਪੋਰਟ ਨਾਲ ਮੈਂ ਆਪਣੀ ਡਿਊਟੀ ਤੋਂ ਜਾਂ ਡਿਊਟੀ ਤੋਂ ਸੁਬਹਾ ਜਲਦੀ ਆ ਕੇ ਇੱਥੇ ਜਾਂ ਡਿਊਟੀ ਸ਼ਾਮ ਨੂੰ ਖਤਮ ਕਰਕੇ ਆ ਕੇ ਇੱਥੇ ਮੈਨੂੰ ਹਰ ਰੋਜ਼ ਦਿਨ ਨਾਗਾ ਇੱਥੇ ਆਉਣਾ ਪੈਂਦਾ ਗਾ, ਕਿਉਂਕਿ ਹਰ ਇੱਕ ਚੀਜ਼ ਨੂੰ ਨਮਕ ਦੀ ਥੈਲੀ ਤੋਂ ਲੈ ਕੇ ਉੱਪਰ ਤੱਕ ਜਿਹੜੀ ਹੈਗੀ ਆ ਸਾਰੀ ਚੀਜ਼ ਆਪ ਨੂੰ ਦੇਖਣੀ ਪੈਂਦੀ ਹੈਗੀ, ਫਿਰ ਦਵਾਈਆਂ ਵੀ ਦੇਖਣੀਆਂ ਹੁੰਦੀਆਂ ਹੈਗੀਆਂ, ਹਰ ਇੱਕ ਚੀਜ਼ ਦੇਖਣੀ ਪੈਂਦੀ ਹੈਗੀ, ਅਤੇ ਮੈਂ ਆਪਣੀ ਟੀਮ ਦੇ ਨਾਲ ਅਤੇ ਮੈਂ ਮਹਿਕਮੇ ਦੀ ਸਪੋਰਟ ਦੇ ਨਾਲ ਅਤੇ ਸਾਰੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਤੇ ਮੈਨੂੰ ਇਹ ਕੋਈ ਕੰਮ ਔਖਾ ਨਹੀਂ ਲੱਗਦਾ। ਕਿੰਨੇ ਬੰਦੇ ਦੀ ਮੈਂ ਜਿਹੜੀ ਸਾਰੀ ਕੰਮ ਕਰਦੀ ਹੈ? ਮੇਰੇ ਨਾਲ ਹੈਗੇ ਆ 6 ਮੈਂਬਰ ਹੋਰ ਹੈਗੇ ਆ ਜਿਹੜੇ ਆਪਣਾ ਸਮਾਂ ਕੱਢ ਵੀ ਲੈਂਦੇ ਆ, ਉਹ ਵੀ ਆ ਜਾਂਦੇ ਆ ਇੱਥੇ, ਅਤੇ ਅਸੀਂ ਸਾਰੇ ਰਲ ਮਿਲ ਕੇ ਰੱਬ ਰੂਪੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਸਾਰੇ ਕਾਰਜ ਚੱਲ ਰਹੇ ਨੇ।